दिन चढ़ते ही सेंट पाल कन्वेंट स्कूल दसूआ दी बच्चे नाल भरी बस एक्सीडेंट होने का समाचार प्राप्त होया है। इस हादसे विच 16 बच्चे जख्मी होए हैं अते एक दी दसूआ सिविल हस्पताल जलंधर रैफर किए जाने उपरांत रस्ते विच मौत हो गई है। प्राप्त जानकारी अनुसार बस सवेरे टांडा साइड तो आ रही सी, बच्चों नाल भरी इस बस नूं रिलायंस पंप नज़दीक ट्राले ने पिछों टक्कर मारी, जिस विच लगभग 44 बच्चे सवार सन। हादसा इन्ना जबरदस्त सी कि इस हादसे विच 16 बच्चों की सट्टां लगियां हन, जिन्हां विचों एक विद्यार्थी हरमन सिंह की मौत हो गई है अते 3 गंभीर जख्मी जलंधर निजी हस्पताल विच रैफर कर दिते हन। बस आप आते सी, एक मुंडा रह गया सीगा, बस थोड़ी हौली हुई सीगी, उधर दूजी साइड मुंडा सीगा, आप दूजी साइड सीगे ते पिछों ट्रक आके बचा सारे। केड़ी जगह तो होया सी? पंप लागे। केड़े पंप लागे? सोए जांदे नु पापा उठे ओदे थोड़े पीछे ही सीगे। तुहाडी भी सट लगी? हां जी, मेरी तो उठे पैर ते। ठीक हो बेटा, की गल हुई सी? साडी बस दा एक मुंडा जेड़ा लोदी चक तो चढ़दा है, ਉਹ ਅੱਜ ਲੇਟ ਹੋ ਗਿਆ ਸੀਗਾ ਤਾਂ ਉਹਦੇ ਮੰਮਾ ਪਿੱਛੇ ਪਿੱਛੇ ਉਹਨੂੰ ਲੈ ਕੇ ਆਉਂਦੇ ਪਏ ਸੀਗੇ ਅਤੇ ਅੰਕਲ ਨੇ ਬੱਸ ਵਾਲੀ ਕਰ ਲਈ, ਪਿੱਛੇ ਟਰੱਕ ਬਹੁਤ ਤੇਜ਼ ਆਉਂਦਾ ਸੀਗਾ ਅਤੇ ਟਰੱਕ ਦੀ ਬ੍ਰੇਕ ਨਹੀਂ ਲੱਗੀ ਤਾਂ ਉਹ ਬੱਸ ਦੇ ਵਿੱਚ ਵੱਜ ਗਿਆ। ਪਿੱਛੋਂ ਬੱਚਾ ਜ਼ਿਆਦਾ ਬੱਚੇ ਸੱਟ ਜਿਹੜੇ ਉਹਨੂੰ ਲੱਗੇ ਪਿੱਛੇ ਬੈਠੇ ਸੀਗੇ? ਪਿੱਛੇ ਜਿਹੜੇ ਬੈਠੇ ਹੋਏ। ਤੁਸੀਂ ਵੀ ਪਿੱਛੇ ਬੈਠੇ ਸੀਗੇ? ਨਹੀਂ, ਆਪਾਂ ਗੱਬੇ ਬੈਠੇ ਸੀਗੇ। ਕੀ ਗੱਲ ਹੋਈ ਸੀ ਜਿਹੜਾ ਹਾਦਸਾ? ਪਿੱਛੋਂ ਟਰੱਕ ਆਏ ਨੇ ਮਾਰਤਾ, ਮੈਂ ਹੌਲੀ ਹੌਲੀ ਆਉਂਦਾ ਸੀ, ਚਲੋ ਆਉਂਦਾ ਸੀ, ਉਹ ਪਤਾ ਨਹੀਂ ਕਿੱਦਾਂ ਦਾ ਨੀਂਦ 'ਚ ਆਇਆ ਤਾਂ ਕਿੱਦਾਂ ਆਇਆ ਪਿੱਛਾ ਦੇ ਮਾਰੇ। ਕਿਹੜੀ ਜਗ੍ਹਾ ਹੋਇਆ ਦੁਰਘਟਨਾ? ਆਹ ਪੁਲ ਲੱਗੇ ਹਾਂਜੀ। ਅਮਲਜੀਤ ਸਿੰਘ ਜੀ, ਅੱਜ ਘਟਨਾ ਵਰਤੀ, ਕਿੰਨੇ ਬੱਚੇ ਇੰਜਰਡ ਨੇ ਅਤੇ ਕਿੱਥੇ ਕਿੱਥੇ ਰੈਫਰ ਕੀਤੇ? ਸਰ ਟੋਟਲ ਸਾਡੇ ਕੋਲ 13 ਇੰਜਰਡ ਪਰਸਨ ਆਏ ਨੇ, ਜਿਨ੍ਹਾਂ ਦੇ ਵਿੱਚ 12 ਬੱਚੇ ਹੈ ਅਤੇ 1 ਕੰਡਕਟਰ ਹੈ। ਉਹਨਾਂ ਦੇ ਵਿੱਚੋਂ 3 ਬੱਚੇ ਅਤੇ 1 ਕੰਡਕਟਰ ਜਿਹੜਾ ਹੈਗਾ ਉਹ ਰੈਫਰ ਆਊਟ ਕੀਤਾ ਗਿਆ ਹੈਗਾ, ਬਾਕੀ ਬੱਚੇ ਸਾਰੇ ਜਿਹੜੇ ਹੈਗੇ ਆ ਸਟੇਬਲ ਨੇ, ਸਾਰਿਆਂ ਦਾ ਟ੍ਰੀਟਮੈਂਟ ਚੱਲ ਰਿਹਾ, ਐਕਸਰੇ ਹੋ ਗਏ ਆ ਸਾਰਿਆਂ ਦੇ, ਜਿਹਦੇ ਕੋਈ ਸਟਿਚਿੰਗ ਦੀ ਲੋੜ ਹੈ ਜਾਂ ਡਰੈਸਿੰਗ ਦੀ ਲੋੜ ਹੈ ਜੋ ਵੀ ਉਹਨਾਂ ਦੀ ਟ੍ਰੀਟਮੈਂਟ ਦੀ ਹੈਗੇ ਆ, ਸਾਡੇ ਸਾਰੀ ਟੀਮ ਇੱਥੇ ਡਾਕਟਰ ਸਾਰੇ, ਅਸੀਂ 16-17 ਡਾਕਟਰਸ ਦੀ ਟੀਮ ਸਾਡੇ ਕੋਲ ਇੱਥੇ ਅਵੇਲੇਬਲ ਆ ਔਰ ਸਾਰੇ ਇਸ ਵੇਲੇ ਹਾਜ਼ਰ ਨੇ, ਸਾਰੇ ਟ੍ਰੀਟਮੈਂਟ ਕਰ ਰਹੇ ਨੇ, ਸਾਰਾ ਸਟਾਫ ਮੇਰੇ ਕੋਲ ਇੱਥੇ ਬੈਠਾ ਹੋਇਆ। ਸੋ ਅਸੀਂ ਸਾਰਿਆਂ ਦਾ ਸਟੇਬਿਲਿਟੀ ਵੱਲ ਧਿਆਨ ਦੇ ਰਿਹਾ, ਸਾਰਾ ਬੱਚੇ ਆਲਮੋਸਟ ਜਿਹੜੇ ਸਾਡੇ ਕੋਲ ਇੱਥੇ ਹੈਗੇ ਨੇ ਉਹ ਠੀਕ ਨੇ। ਸਰ ਅੱਜ ਜਿਹੜੀ ਮਨਪਾਤੀ ਘਟਨਾ ਵਰਤੀ? ਹਾਂਜੀ, ਅੱਜ ਸਾਡੇ ਦਸੂਆ ਦੇ ਵਿੱਚ ਕੋਨਵੈਂਟ ਸਕੂਲ ਦੀ ਜੋ ਬੱਚਿਆਂ ਵਾਲੀ ਬੱਸ ਆ ਉਹਦਾ ਗਰਨਾ ਸਾਹਿਬ ਦੇ ਨਜ਼ਦੀਕ ਐਕਸੀਡੈਂਟ ਹੋਇਆ। ਸੋ ਅਰਲੀ ਮਾਰਨਿੰਗ ਬੜੀ ਮਾੜੀ ਖਬਰ ਸੁਣਨ ਨੂੰ ਮਿਲੀ ਹੈ, ਪਰ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਬੱਚੇ ਬਿਲਕੁਲ ਸਹੀ ਸਲਾਮਤ ਨੇ। ਸਾਡੇ ਦਸੂਏ ਦੇ ਸਿਵਲ ਹੋਸਪਿਟਲ ਦੇ ਵਿੱਚ ਕਈ ਬੱਚੇ ਐਡਮਿਟ ਨੇ, ਉਹਨਾਂ ਦਾ ਇੱਥੋਂ ਦੀ ਸਾਰੀ ਮੈਨੇਜਮੈਂਟ, ਡਾਕਟਰ ਸਾਹਿਬ, ਸਾਰਾ ਸਟਾਫ ਬਹੁਤ ਮਿਹਨਤ ਨਾਲ ਉਹਨਾਂ ਦਾ ਕੇਅਰ ਕਰ ਰਿਹਾ ਅਤੇ ਕੁਛ ਬੱਚੇ ਜੋ ਥੋੜ੍ਹੇ ਜ਼ਿਆਦਾ ਸਨ ਉਹਨਾਂ ਨੂੰ ਜਲੰਧਰ ਰੈਫਰ ਕੀਤਾ ਗਿਆ ਅਤੇ ਹੈ ਉਹ ਵੀ ਬਿਲਕੁਲ ਠੀਕ ਨੇ। ਪਰਮਾਤਮਾ ਉਹਨਾਂ 'ਤੇ ਮਿਹਰ ਭਰੇ ਹੱਥ ਰੱਖੇ, ਸਾਰੇ ਪਰਿਵਾਰ, ਸਾਰੇ ਇੱਥੇ ਉਹਨਾਂ ਦੇ ਪੇਰੈਂਟਸ ਖੜ੍ਹੇ ਨੇ। ਸੋ ਅਸੀਂ ਤਾਂ ਇਹ ਦੁਆ ਕਰ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਸੁੱਖ ਸ਼ਾਂਤੀ ਰਹੇ। ਕਿੰਨੇ ਬੱਚੇ? ਡਾਕਟਰ ਸਾਹਿਬ ਮੁਤਾਬਕ ਕੁੱਲ 13 ਜਿਹੜੇ ਪੇਸ਼ੈਂਟ ਆ ਜੀ, ਉਹਨਾਂ ਵਿੱਚੋਂ 3 ਰੈਫਰ ਕੀਤੇ ਗਏ ਆ, 1 ਕਨੈਕਟਰ ਸਮੇਤ ਸਾਰੇ ਜਲੰਧਰ ਰੈਫਰ ਕੀਤੇ ਆ। ਕੁਛ ਇੱਥੇ ਟ੍ਰੀਟਮੈਂਟ, ਕਈਆਂ ਦੇ ਐਕਸਰੇ ਵਗੈਰਾ, ਸਕੈਨ ਚੱਲ ਰਹੀ ਹੈ। ਸੋ ਸਾਰੇ ਠੀਕ। ਇਹਨਾਂ ਸੁਬਹਾ ਸੁਬਹਾ ਸੈਂਟ ਪੌਲ ਕੋਨਵੈਂਟ ਸਕੂਲ ਦੇ ਜਿਹੜੇ ਬੱਚੇ ਡਰਾਈਵਰ ਘਰਾਂ ਤੋਂ ਲੈ ਕੇ ਸਕੂਲ ਵੱਲ ਜਾ ਰਿਹਾ ਸੀਗਾ ਜੀ, ਅਤੇ ਗਰਨਾ ਸਾਹਿਬ ਦੇ ਨੇੜੇ ਮੇਨ ਹਾਈਵੇ 'ਤੇ ਇੱਕ ਟਰੱਕ ਡਰਾਈਵਰ ਨੇ ਪਿੱਛੋਂ ਜਿਹੜੀ ਆ ਬੱਸ ਨੂੰ ਫੇਟ ਮਾਰੀ ਆ, ਜਿਹਦੇ ਵਿੱਚ 13 ਬੱਚਿਆਂ ਦੇ ਇੰਜਰੀ ਹੋਈ ਹੈਗੀ ਆ ਜੀ। ਹੋਸਪਿਟਲ ਖੜ੍ਹੇ ਹੈਗੇ ਸਿਵਲ ਹੋਸਪਿਟਲ ਦਸੂਆ, SMO ਡਾਕਟਰ ਨਰਿੰਦਰਪੁਰੀ ਸਾਹਿਬ ਵੀ ਇੱਥੇ ਮੌਕੇ 'ਤੇ ਅਤੇ ਇਹਨਾਂ ਦੀ ਟੀਮ ਵੀ ਸਾਰੀ ਹਾਜ਼ਰ ਹੈਗੀ ਆ। 6 ਬੱਚੇ ਇੱਥੇ ਨੇ ਅਤੇ ਬਾਕੀ ਬੱਚੇ, 2 ਬੱਚੇ ਤਾਂ ਲੈ ਗਏ ਪੇਰੈਂਟਸ ਜਿਹੜੇ ਟਾਂਡੇ ਨੂੰ, ਅਤੇ 1 ਬੱਚੇ 'ਤੇ ਪਤਾ ਲਗਾਈ ਲੋਧੀ ਚੱਕ ਦਾ ਬੱਚਾ, ਉਹਦੇ ਸੱਟ ਜ਼ਿਆਦਾ ਹੈਗੀ, ਉਹਦੇ ਘਰ ਦੇ ਜਲੰਧਰ ਲੈ ਕੇ ਗਏ ਆ। ਅਤੇ ਜੋ ਟਰੱਕ ਡਰਾਈਵਰ ਖਿਲਾਫ਼ ਕਾਨੂੰਨੀ ਕਾਰਵਾਈ ਬਣਦੀ ਇਮੀਜੀਏਟਲੀ ਅਸੀਂ ਕੇਸ ਰਜਿਸਟਰ ਕਰਾਂਗੇ, ਟਰੱਕ ਕਬਜ਼ੇ 'ਚ ਲੈ ਲਿਆ ਅਤੇ ਡਰਾਈਵਰ ਜਿਹੜਾ ਮੌਕੇ ਤੋਂ ਭੱਜਿਆ ਉਹਨੂੰ ਵੀ ਗ੍ਰਿਫਤਾਰ ਕਰ ਲਿਆ, ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ।